पिछले जन्म मोची नहीं सी तेरे अबू की कर दे यही कुछ कर दे मोची या अबू मेरा केड़ा यूईटी च प्रोफेसर हां जी पूछया जुत्तियां मेरी एडिया सोनिया इनिया महंगिया सही कराई लेनी आज मैं अस्सलाम वालेकुम वालेकुम अस्सलाम मेरे मोची हैं नहीं बाजी डॉक्टर मोची हैं तो इतने बैठा हूं मैं जुत्तियां सही करानियां वा कुछ टूटियां वा सी दूंगे इतने जुत्तियां ही सही होंदियां इतने केड़ा मरीजों का इलाज होंदा अच्छा मेरी बहुत सोनी ते लाडली जुत्ती आ की तियां गोपाली है लाडली की तू एंजी समझ ले तेरे भाई ने मुंह दिखाई ते मैं जुत्ती देती सी देख जरा एडी सोनी आ वैसे इस मुंह दी जुत्ती बांधी सी मुंह दिखाई देख आ तू सही करके देनी आ ए मैं ना बहुत बड़े फंक्शन ते पा के जानी आ मेरी ना ਕਿੱਡਾ ਕੁ ਫੰਕਸ਼ਨ ਆ 3 ਮਹੀਨੇ ਹੋਣਾ ਉਹ ਫੰਕਸ਼ਨ ਕਿੱਡਾ ਕੁ ਤੇਰਾ ਵਿਆਹ ਨੂੰ ਸਾਲ ਹੋ ਲੱਗਾ ਮੈਂ ਉੱਥੇ ਪਾਣੀ ਆ ਸਾਲ ਹੋਣ ਲੱਗਾ ਤੇ ਜੁੱਤੀ ਨੂੰ ਕਿੰਨੇ ਸਾਲ ਹੋਣ ਲੱਗੇ ਆ ਮੈਂ ਇੱਕ ਵਾਰੀ ਪਾਈ ਸੀ ਮੇਰੀ ਭੈਣ ਇਹ ਮੈਨੂੰ ਲੱਗਦਾ ਤੂੰ 1000 ਵਾਰੀ ਵੀ ਪਾਵੇਂ ਤੇ ਇਦਾਂ ਨਹੀਂ ਸੀ ਹੋਣੀ ਅੱਛਾ ਤੂੰ ਨਾ ਇਹਨੂੰ ਠੀਕ ਕਰਕੇ ਦੇਣਾ ਵਾ ਤੇ ਵਧੀਆ ਸਾਰੀ ਕਿਉਂਕਿ ਇਹ ਨਾ ਮੈਨੂੰ ਬਹੁਤ ਪਿਆਰ ਆ ਜੁੱਤੀ ਨਾਲ ਤੇ ਤੂੰ ਇਹਨੂੰ ਫਿਰ ਮੜਾ ਲਾ ਇਹਨੂੰ ਗਲ 'ਚ ਪਾ ਲਾ ਇੰਨੇ ਪਿਆਰ ਆ ਸਰਾਣੇ ਰੱਖ ਕੇ ਸੌਣੀ ਨਹੀਂ ਮੈਂ ਪੈਰ 'ਚ ਹੀ ਪਾਣੀ ਆ ਜੁੱਤੀ ਪੈਰ 'ਚ ਹੀ ਪਾਈਦੀ ਹੁੰਦੀ ਕਿੱਦਾਂ ਅੱਖਾਂ 'ਚ ਪਾਉਂਦੀ ਦੇਖ ਲਈ ਤੂੰ ਕਿਸੇ ਦੇਖ ਇੱਕ ਆ ਜੁੱਤੀ ਆ ਮੇਰੇ ਕੋਲ ਨਾ ਜੁੱਤੀਆਂ ਬੜੀਆਂ ਵਾ ਤੂੰ ਸਾਰੀਆਂ ਮੈਂ ਸਹੀ ਕਰਾਣੀਆਂ ਜੁੱਤੀਆਂ ਦਾ ਨਹੀਂ ਘਾਟਾ ਹਨਾ ਤੁਹਾਡੇ ਕੋਲ ਆਹੋ ਜੁੱਤੀਆਂ ਦਾ ਨਹੀਂ ਘਾਟਾ ਚਲੋ ਅੱਛਾ ਆ ਦੇਖ ਉਹ ਨਹੀਂ ਆਂਦ ਦੇਖ ਨਾ ਡਬਲ ਰੋਟੀ ਵਾਂਗੂ ਇਹਦੇ ਪੀਸ ਕੀਤੇ ਆ ਤੇ ਚੈੱਕ ਕਰ ਤੇ ਫੇਰ ਕੀ ਹੋਇਆ ਤੂੰ ਬਸ ਜੋੜਨੀ ਆ ਤੇ ਜੋੜਨੀ ਐ ਤੇ ਮਿਹਨਤ ਹੋਣੀ ਆ ਮੇਰੀ ਭੈਣ ਦੱਸ ਕੀ ਮੈਂ ਤੈਨੂੰ ਕੋਠੀ ਬਣਾਉਣ ਦਾ ਕਹਿ ਆ ਕੱਢ ਕੇ ਚ ਮੱਛੀਆਂ ਰੱਖ ਲਾ ਮੈਂ ਕਹਿੰਦਾ ਦੇਖ ਵੀਰੇ ਇਹ ਇਹਨਾਂ ਮੈਨੂੰ ਬਹੁਤ ਪਿਆਰ ਆ ਆ ਮੇਰਾ ਪਹਿਲਾ ਤੋਹਫਾ ਵਿਆਹ ਦਾ ਉਹਦੀ ਹਾਲਤ ਦੇਖ ਕੇ ਦੇਖ ਰਿਹਾ ਕਿੰਨਾ ਕੁ ਪਿਆਰ ਆ ਤੇ ਤੂੰ ਇਹ ਬਿਲਕੁਲ ਨਾ ਇੰਜ ਕਰ ਦੇਣੀਆਂ ਨਵੀਂ ਕਿ ਜਿਸ ਤਰ੍ਹਾਂ ਕਿਸੇ ਨੇ ਇੱਕ ਵਾਰੀ ਵੀ ਨਾ ਪਾਈ ਹੋਵੇ ਇਹ ਮੈਂ ਕਿਦਾਂ ਕਰਦਾ ਮੈਂ ਮੋਚੀ ਆ ਜਾਦੂਗਰ ਨਹੀਂ ਦੇਖ ਫੇਰ ਪਾ ਚੱਲੇਗਾ ਨਾ ਤੇ ਚ ਕਿੰਨਾ ਟੈਲੈਂਟ ਆ ਟੈਲੈਂਟ ਵਿਖਾ ਜੁੱਤੀ ਤੇ ਸਾਰਾ ਟੈਲੈਂਟ ਵਿਖਾ ਹਾਂ ਸਾਰਾ ਇੱਕੋ ਜੁੱਤੀ ਤੇ ਦਿਖਾ ਦਵਾਂ ਮੈਂ ਹਾਂ ਇਹ ਸਿਰਫ ਤੂੰ ਇੱਕ ਪੈਰ ਪਾਇਆ ਵਾ ਮੈਨੂੰ ਲੱਗਦਾ ਦੂਜਾ ਵੀ ਦਿੰਦੀ ਆ ਪੈਰ ਸਬਰ ਕਰ ਲੈ ਨਹੀਂ ਤੂੰ ਕੀ ਇਹ ਇਥੋਂ ਲਾਹੌਰੋਂ ਮਲਤਾਨ ਗਈ ਸੀ ਪੈਦਲੇ ਪਾ ਕੇ ਨਹੀਂ ਮੈਂ ਤੇ ਸਿਰਫ ਇੱਕ ਕਦਮ ਹੀ ਰੱਖਿਆ ਸੀ ਕਮਰੇ 'ਚ ਬਾਹਰ ਤੇ ਆ ਹਾਲ ਹੋ ਗਿਆ ਜੁੱਤੀ ਨਹੀਂ ਤੁਹਾਡਾ ਮਸਲਨ ਕਦਮ ਲਈਏ ਜੀ ਘਰ ਆ ਤੁਹਾਡਾ ਉਹ ਘਰ ਬਣ ਰਿਹਾ ਸੀ ਨਾ ਫਰਸ਼ ਟੁੱਟਾ ਸੀ ਤੇ ਉਹ ਫਿਰ ਇਸ ਵਾਸਤੇ ਖਰਾਬ ਹੋ ਗਈ ਘਰ ਕਿਦਾਂ ਮੈਨੂੰ ਤੇ ਸਮਝ ਨਹੀਂ ਆਉਂਦੀ ਤੁਸੀਂ ਲੋਕ ਕਿਦਾਂ ਪਾਉਂਦੇ ਹੋ ਇਹ ਜੁੱਤੀਆਂ ਅਗਲੀ ਦਿਖਾਓ ਅੱਛਾ ਆ ਦੇਖ ਤੂੰ ਉਹ ਛੱਡ ਉਹ ਹੋ ਜਾਏਗੀ ਸਹੀ ਮੈਂ ਤੈਨੂੰ ਦੱਸਾਂਗੀ ਤਰੀਕਾ ਆ ਜੁੱਤੀ ਆ ਤਰੀਕਾ ਤੁਸੀਂ ਦੱਸਣਾ ਤੁਸੀਂ ਵੀ ਮੋਚੀ ਨਹੀਂ ਅੱਛਾ ਆ ਨਾ ਇਹਦਾ ਕੋਬ ਨਿਕਲਿਆ ਵਾ ਜ਼ਰਾ ਤੂੰ ਨਾ ਮੇਰਾ ਇਹਨੂੰ ਫਿਰ ਕਿਸੇ ਡਾਕਟਰ ਨੂੰ ਦਿਖਾਓ ਨਾ ਜੇ ਇਹਦਾ ਕੋਬ ਨਿਕਲਿਆ ਮਹੱਲੇ 'ਚ ਕੋਈ ਮਾਈ ਘੁੱਟਦੀ ਹੋਣੀ ਉਹਨੂੰ ਦਿਖਾਓ ਤੁਸੀਂ ਕੋਬ ਨਹੀਂ ਕੱਢ ਸਕਦੇ ਇਹ ਕੋਬ ਨਹੀਂ ਨਿਕਲਿਆ ਇਹਨੂੰ ਧਰਨ ਪਈ ਆ ਜੋ ਵੀ ਪਈ ਆ ਨਾ ਅਸਹੀ ਹੋ ਜਾਏਗੀ ਆ ਐਡਾ ਸੋਹਣਾ ਦੇਖ ਸ਼ੀਸ਼ੇ ਲੱਗੇ ਜੇ ਸ਼ਕਲ ਨਜ਼ਰ ਆ ਜਾਂਦੀ ਜੋ ਮੈਂ ਮੇਕਅਪ ਚੈੱਕ ਕਰਨਾ ਹੁੰਦਾ ਸੀ ਨਾ ਮੈਂ ਜੇ ਪੈਰ ਚੱਕਣਾ ਮੈਂ ਮੇਕਅਪ ਚੈੱਕ ਕਰ ਲੈਣਾ ਸਹੀ ਗੱਲ ਹੈ ਇਹਦਾ ਮੂੰਹ ਦੇਖਣਾ ਵੀ ਜੁੱਤੀ ਜੀ ਇਹਦੇ ਫਾਇਦੇ ਦੱਸ ਰਹੀ ਆ ਨਹੀਂ ਫਾਇਦੇ ਇਹਦੇ ਕੀ ਆ ਯਰਕਾਨ ਦਾ ਇਲਾਜ ਆ ਇਹਦੇ ਚ ਮਤਲਬ ਕਿ ਇਹਦੇ ਮੈਨੂੰ ਕਿੰਨੇ ਫਾਇਦੇ ਆ ਪਾਣ ਦੇ ਕੀ ਫਾਇਦੇ ਆ ਦੇਖ ਕਿੱਡਾ ਸੋਹਣਾ ਖੁਸ਼ਾ ਤੈਨੂੰ ਰੋਟੀਏ ਪਕਾ ਕੇ ਦਿੰਦੀ ਘਰ ਦੀ ਸਫਾਈ ਇਹ ਕਰਦੀ ਨਹੀਂ ਤੇ ਫਾਇਦੇ ਕੀ ਆ ਇਹਦੇ ਪਾਗਲ ਹੈਗੇ ਆ ਫਾਇਦੇ ਤਾਂ ਤੁਹਾਨੂੰ ਕੀ ਪਤਾ ਬੁੱਢੀਆਂ ਨੂੰ ਮੈਂ ਲਾਇਆ ਸਾਹ ਤੁਹਾਨੂੰ ਨੀਲਾ ਰੰਗ ਬਹੁਤੇ ਪਸੰਦ ਆ ਕਿ ਜੁੱਤੀਆਂ ਨੂੰ ਨੀਲ ਦੇ ਬੇਟੇ ਤੇਰੇ ਭਾਏ ਨੂੰ ਪਸੰਦ ਆ ਨਾ ਨੀਲਾ ਇਸ ਵਾਸਤੇ ਉਹ ਮੈਨੂੰ ਨੀਲੇ ਰੰਗ ਦੇ ਜੁੱਤੀਆਂ ਦਿੰਦੇ ਅੱਛਾ ਆ ਜੁੱਤੀ ਦੇਖ ਸਿਰਫ ਇਹਦੀ ਨਾ ਖਿੜਕੀ ਖੁੱਲ ਓਏ ਨਹੀਂ ਦੇਖੀ ਜਾਂਦੀ ਮੇਰੇ ਕੋ ਇਹਨੂੰ ਤੁਸੀਂ ਲਾਹੌਰ ਲਾਇਓ ਮੇਰੇ ਵੱਲੋਂ ਜਵਾਬ ਹੈ ਉਹ ਤੇ ਮਰੀਜ਼ਾਂ ਨੂੰ ਕਹਿੰਦੇ ਹੁੰਦੇ ਆ ਜਿਹੜਾ ਨਹੀਂ ਬਚਦਾ ਲਾਹੌਰ ਲਾਇਓ ਤੇ ਉਹ ਵੀ ਜਿਹਦੀ ਐਂਡ ਵਾਲੀ ਹਾਲਤ ਹੁੰਦੀ ਇਹਦੀ ਵੀ ਐਂਡ ਵਾਲੀ ਹਾਲਤ ਆ ਮਸਲਾ ਨਾ ਦੇਖੋ ਨਾ ਸਾਹ ਦਾ ਮਸਲਾ ਸੀ ਤੁਹਾਨੂੰ ਇਥੋਂ ਜੁੱਤੀ ਪਾੜੀ ਮੈਂ ਕਿਹਾ ਜੇ ਹਵਾ ਹੂ ਲੱਗਦੀ ਰਵੇ ਨਾ ਖਿੜਕੀ ਖੋਲੀ ਸੀ ਤੇ ਆ ਪੂਰਾ ਸਾਰਾ ਹੀ ਲਾ ਦੋ ਫੇ ਤੁਹਾਨੂੰ ਪੂਰੀ ਲੱਗੇਗੀ ਇੰਨਾ ਕੁ ਟਾਂਕਾ ਲਾਣਾ ਬਸ ਇੰਨਾ ਕੁ ਛੋਟਾ ਜਿਹਾ ਤੇ ਸੈੱਟ ਹੋ ਜਾਣੀ ਠੀਕ ਆ ਪਰ ਵੱਟਾ ਪਾਟਾ ਇਹਦਾ ਹਾਏ ਹਾਏ ਨਹੀਂ ਘਰ ਇਥੋਂ ਪਾਟੀ ਹੁੰਦੀ ਨਾ ਤੇ ਫੇਰ ਇਹਦਾ ਪਰ ਵੱਟਾ ਪਾਟਾ ਸੀ ਜੇ ਇਥੋਂ ਪਾਟੀ ਆ ਇਹਦਾ ਮਤਲਬ ਇਹ ਡਿੰਪਲ ਆ ਪ੍ਰੀਤੀ ਸੈਂਟਰ ਵੇ ਜੁੱਤੀ ਆ
जो मर्जी समझ ले मेरी कीमती जुत्ती आ। बाजी तुम ना बड़े अफसोस ना कहना पै रहा वा तुसी देर कर गए जुत्ती नु। देख एरा एक एक मोती इन्ना कीमती आ, मैं दुबई चो मंगा के मोती लवाए। इंज ना कर तू, बस इन्हू ना सही कर दे। ए मैं ना अवार्ड शो आ, उन्होंने मैं दुबई बुलाया, मैं उत्थे ही पा के जानी है, उत्थे मोती। तुसी इहदे नाल नंगे पैर चल जाओ दुबई, ते अच्छे लगू। तू नहीं चाहता मैं सोहनी लगा, तू नहीं चाहता कि लोग मेरी जुत्ती वाल देखन, इंज दी जुत्ती कर दे, मैं कदम ही रखा ते रश पैए। तू गल सुन मेरी भैन, ए वेख के वाकई रश पै जाणा कि गरीबनी कित्थों आ गई। जुतियां तू रखियां वा ते सारियां इस हाल च रखियां वा, तू मैनूं लगदा शाम नूं मंगदी वी है पाके। मंगदी नहीं है, अमीर लोग हां, असी ते जुत्तियां बहुतियां वा। ए तू पैरां च घट पौंदी है, बंदे दे लग च बहुतियां पौंदी मैनूं लगदा। तुहानूं किंज पता चलिया? टूटी ओदी हालत देखना, बंदे दियां बादवां वा ना टुटदियां इन्नियां जुत्तियां। मैं भी सोचा कि एडी छेती जुत्ती टुट किंज जांदी आ। हां जी, अपने बंदे दी कंड बदलाओ तुसी। सही कह रहे हां। अच्छा आली जुत्ती है ना, देख वीरे अल्लाह माफी दे। ए ना मैं चाहंदी हां कि होर उच्ची हो जावे, घट उच्ची आ। ए जुत्ती दे बड़े फायदे आ, इन्हां तुसी फांसी भी लै सकदे। ਇਹ ਪੈਰਾਂ ਜੇ ਤੇ ਹੁਣ ਪੈਣੀ ਨਹੀਂ, ਇਹ ਬਾਹਾਂ 'ਚ ਹੀ ਪਾ ਕੇ ਫਿਰਿਆ ਕਰ। ਹਾਏ ਬਾਹਾਂ 'ਚ ਵੀ ਸੋਹਣੀ ਲੱਗਦੀ ਆ ਨਾ। ਹਾਂ ਲੇਕਿਨ ਫੇਰ ਵੀ ਮੈਨੂੰ ਇੱਥੇ ਤੱਕ ਚਾਹੀਦੀ ਹੈ ਰਵਦਾ ਮੰਜ਼ਲਾਂ। ਤੂੰ ਆਇਆ ਇਹਦਾ ਤਲਾ ਲਵਾ ਕੇ ਨਾ ਇਹਦੀ ਗੁੱਤ ਬਣਾ ਲਾ। ਦੇਖ ਵੀਰੇ ਮਜ਼ਾਕ ਨਾ ਕਰ, ਬਹੁਤ ਮੇਰੀਆਂ ਖਾਸ ਜੁੱਤੀਆਂ ਵਾ। ਤੇ ਖਾਸ ਜੁੱਤੀਆਂ ਤੈਨੂੰ ਕਮਰ ਜ਼ਮਾਨ ਕਰ ਰਹੇ ਨੇ ਦਿੱਤੀਆਂ। ਦੇਖ ਦੁਬਾਰਾ ਮੈਚ ਹੋਣ ਵਾਲਾ ਵਾ ਤੇ ਮੈਂ ਪਾ ਕੇ ਜਾਣੀ ਮੈਚ ਦੇ ਵਿੱਚ। ਨਾ ਪਾ ਕੇ ਨਾ, ਨਹੀਂ ਐਵੇਂ ਜ਼ਲੀਲ ਹੋਏਗੀ ਉੱਥੇ। ਕਿਉਂ? ਤੇਰੇ ਵਰਗੀ ਔਰਤ ਆਪਣੀ ਜੁੱਤੀ 'ਚ ਪੈਰ ਅੜਾ ਕੇ ਡਿੱਗ ਪੈਂਦੀ ਹੁੰਦੀ। ਇਹ ਬ੍ਰੈਂਡਿਡ ਆ, ਬ੍ਰੈਂਡਿਡ। ਇਹ ਬ੍ਰੈਂਡਿਡ ਨੀਗਾ, ਇਹ 100 ਦਾ 200 ਤੇ 2 ਆ। ਅੱਛਾ ਚੱਲ ਤੂੰ ਦੱਸ ਜੁੱਤੀਆਂ ਕਿਦੋਂ ਠੀਕ ਕਰਕੇ ਦੋਗੇ? ਇਹਦਾ ਕਰਨਾ ਕੀ ਆ? ਮੰਜ਼ਲਾ ਵਧਾਣੀਆਂ। ਕੀ ਕਮਰਸ਼ੀਅਲ ਪਲਾਜ਼ੇ ਦੀ ਜੁੱਤੀ ਹੈ? ਮੰਜ਼ਲਾਂ ਕੀ ਵਧਾਉਣੀਆਂ, ਮਿਸਤਰੀ ਕੋ ਆਈਆਂ? ਨਹੀਂ ਏਰੀਆ ਮੰਜ਼ਲਾ ਘੱਟ ਆ ਨਾ, ਮੈਂ ਚਾਹੁੰਦੀ ਆ ਕਿ ਦੋ ਦੁਕਾਨਾਂ ਵੀ ਪਾ ਦਾਂ ਇਹ 'ਚ। ਜੇ ਪੈਂਦੀਆਂ ਤੇ ਪਾ ਦੇ, ਹੋਰ ਕੀ ਚਾਹੀਦਾ? ਇਹ 'ਚ ਪੈਰ ਪਾ, ਹੋਰ ਕੁਛ ਨਹੀਂ ਪੈਣਾ। ਅੱਛਾ ਚੱਲ ਦੱਸ ਸਿਲਾਈਆਂ ਇੰਜ ਦੀਆਂ ਲਾਈ ਕਿ ਨਜ਼ਰ ਨਾ ਆਣ ਇੱਕ ਵੀ ਸਿਲਾਈ। ਗੁੰਮ ਸਿਲਾਈ ਬੁਰਖੇ ਦੀ ਹੁੰਦੀ ਆ, ਜੁੱਤੀ ਦੀ ਨਹੀਂ। ਤੇ ਹੋਣੀ ਚਾਹੀਦੀ ਆ ਨਾ, ਸਿੱਖੋ। ਉਹ ਮੈਂ ਮੋਚੀ ਆ, ਲੇਡੀ ਟੇਲਰ ਨਹੀਂ, ਤੈਨੂੰ ਗੁੰਮ ਸਿਲਾਈ ਲਾ ਦਾਂ ਕੁਸੇ 'ਚ। ਅੱਛਾ ਚੱਲ ਦੱਸ ਕੇ ਕਿਦੋਂ ਮਿਲਣਗੀਆਂ ਜੁੱਤੀਆਂ? ਆ ਹੁਣ ਹੀ ਲਓ। ਮੈਂ ਸਹੀ ਕਰਕੇ ਦੇਣੀਆਂ ਵਾ। ਮੈਂ ਤੋੜੀਆਂ ਵਾ, ਮੈਨੂੰ ਇਦਾਂ ਰੋਵਣਾ ਕਿ ਨਹੀਂ ਪਈ। ਦੇਖ ਵੀਰੇ ਇਹਨਾਂ ਨੂੰ ਟਾਂਕੇ ਇੰਜ ਲਾਣੇ, ਮਹਿਸੂਸ ਨਾ ਹੋਵੇ ਜ਼ਰਾ ਵੀ ਤਕਲੀਫ ਨਾ ਹੋਵੇ, ਮੈਂ ਬਹੁਤ ਪਿਆਰ ਨਾਲ ਰੱਖੀਆਂ ਸੀ। ਹੁਣ ਇਹਨਾਂ ਨੂੰ ਬੇਹੋਸ਼ ਕਰਕੇ ਟਾਂਕੇ ਲਾਵਾਂ, ਮੈਂ ਮਹਿਸੂਸ ਨਾ ਹੋਵੇ? ਦੂਸਰਾ ਤੇਰੀ ਮਰਜ਼ੀ। ਨਹੀਂ ਮੈਂ ਡਾਕਟਰ ਨੇ ਇਹਦਾ ਵੱਡਾ ਆਪਰੇਸ਼ਨ ਕਰਨਾ ਮੈਂ। ਨਹੀਂ ਤੂੰ ਨਾ ਬੜੇ ਪਿਆਰ ਨਾਲ ਇਹਨਾਂ ਨੂੰ ਜੋੜਨਾ ਵਾ, ਐਸਾ ਨਾਜ਼ੁਕ ਹੱਥਾਂ ਨਾਲ ਫੜਨਾ ਹੈ ਨਾ, ਆਰਾਮ ਨਾਲ ਇੱਕ ਵਾਰੀ ਤੋੜ ਕੇ ਹੀ ਆਵਾਂ। ਵੇ ਮੇਰੀਆਂ ਲਾਡਲੀਆਂ ਜੁੱਤੀਆਂ ਵਾ। ਤੇ ਮੇਰੀ ਭੈਣ ਫਿਰ ਇਹਨਾਂ ਸਕੂਲੇ ਪਾ ਐਡੀਆਂ ਲਾਡਲੀਆਂ ਤੇ ਮੇਰੇ ਕੋਲ ਲੈ ਆਈ। ਅੱਛਾ ਚੱਲ ਤੂੰ ਆ, ਮੁਬਾਰਕ ਹੋਵੇ ਤੈਨੂੰ ਇੱਕ ਜੁੱਤੀ 'ਚੋਂ ਦੋ ਫਰੀ ਹੋਈਆਂ। ਤੈਨੂੰ ਪਤਾ ਕਿੰਨੀ ਕੀਮਤੀ ਜੁੱਤੀ ਆ? ਕੀ ਕੀਮਤੀ ਆ, ਕੌਣ ਬਣੇਗਾ ਕਰੋੜਪਤੀ ਜੋ ਮਿਲੀ ਤੈਨੂੰ? ਜੇ ਜੋੜ ਕੇ ਨਹੀਂ ਦੇਗਾ ਤੇ ਤੇਰੇ ਭਾਈ ਨੂੰ ਮੈਂ ਕਿੰਜ ਕੁੱਟਾਂਗੀ ਹੁਣ? ਨਹੀਂ ਤੂੰ ਮੰਨਤ ਮੰਗੀ ਆ ਕਿ ਆ ਟੁੱਟੀਆਂ ਜੁੱਤੀਆਂ ਪਾ ਕੇ ਜਾਣਾ ਕਿਤੇ ਨਾ ਕਿਤੇ। ਦੇਖ ਆ ਜਿਹੜੀ ਜੁੱਤੀ ਆ ਨਾ, ਉਂਝੇ ਲੰਦਨ ਦੀ ਆ। ਤੇ ਤੇਰੀ ਆਪਣੀ ਕਿੱਥੇ? ਮਤਲਬ ਉੱਥੋਂ ਲਈ ਆ, ਮੇਰੀ ਆ। ਤੂੰ ਨਾ ਇਹ ਵੈਸੇ ਹੀ ਬਦਵਾਈ ਲਈ ਆ ਜੁੱਤੀ ਦੀ ਇਹ ਪਾ ਕੇ। ਅੱਛਾ ਤੂੰ ਦੱਸ ਸਹੀ ਕਿੰਜ ਹੋਏ? ਇਹ ਸਹੀ ਮੋਜ਼ੇ ਨਾ ਹੀ ਹੋਣੀ ਆ, ਉਦਾਂ ਨਹੀਂ ਹੋਣੀ। ਦੇਖ ਮੈਂ ਤੈਨੂੰ ਪੂਰੇ ਨਾ ਇਹਦੇ ਪੂਰੇ ਮੈਂ ਤੈਨੂੰ 45 ਰੁਪਏ ਦੇਵਾਂਗੀ, ਤੂੰ ਇਹ ਟਿਪ ਟੋਪ ਕਰਦੇ ਇੰਜ ਕਰਦੇ ਨਵੀਂ ਹੋਵੇ ਤੇ ਕੋਈ ਧਾਗਾ ਸ਼ਾਗਾ ਕੁਛ ਨਾ ਨਜ਼ਰ ਆਵੇ, ਟਾਂਕੇ ਇੰਜ ਲੱਗਣ ਜਿਸ ਤਰ੍ਹਾਂ ਕਿਸੇ ਨੇ ਇਹਨੂੰ ਇੰਜ ਵੀ ਨਾ ਕੀਤਾ ਹੋਵੇ। ਅੱਛਾ ਮੈਂ ਤੈਨੂੰ 50 ਰੁਪਏ ਦਊਂਗਾ, ਇਹ ਵਾਪਸ ਲੈ ਜਾ। ਮਤਲਬ ਤੂੰ ਅਮੀਰ ਨਹੀਂ ਹੋਣਾ ਚਾਹੁੰਦਾ, ਕਮਾਉਣਾ ਨਹੀਂ ਚਾਹੁੰਦਾ? ਮੈਂ ਜ਼ਲੀਲ ਵੀ ਨਹੀਂ ਹੋਣਾ ਚਾਹੁੰਦਾ ਤੇਰੀ ਜੁੱਤੀ ਸਹੀ ਕਰਕੇ। ਦੇਖ ਇਸ ਜੁੱਤੀ ਤੇ ਉਹ ਗਾਣਾ ਵੀ ਲਿਖਿਆ ਹੈ। ਕਿਹੜਾ?
ਉਹ ਗਾਣਾ ਨਹੀਂ ਜਿਹੜਾ ਜਿਮੀ ਚੂਚੂ ਲੈ ਲੈ 40 ਲੱਖ ਦਾ ਜੁੱਤਾ ਆਹੀ ਆ ਕਿਤੇ ਵੀ ਨਹੀਂ ਲਿਖਿਆ ਵੇ ਆ ਪਾਈਏ ਚੂਚੂ ਹੀ ਕਰਦੀ ਆ ਇਸ ਵਾਸਤੇ ਤੇ ਗਾਣਾ ਲਿਖਤਾ ਉਹਨਾਂ ਨੇ ਨਹੀਂ ਚੂਚੀਆਂ ਦੀ ਖਲ ਦੀ ਬਣੀ ਹੈ ਚੂਚੂ ਕਿਉਂ ਕਰਦੀ ਹੈ ਨਹੀਂ ਨਹੀਂ ਇਹਦੀ ਇੱਕ ਸੁਰੀਲੀ ਆਵਾਜ਼ ਨਿਕਲਦੀ ਚੂ ਚੂ ਤੇ ਗਾਣਾ ਲਿਖਤਾ ਉਹਨਾਂ ਨੇ ਤੇਰੇ ਘਰ 'ਚ ਕੋਈ ਕੰਮ ਵਾਲੀ ਨਹੀਂ ਹੁੰਦੀ ਆਉਂਦੀ ਆ ਤੇ ਉਹਨੂੰ ਦੇਖ ਖੁਸ਼ ਕਰ ਮੈਨੂੰ ਕਿਉਂ ਦੁਖੀ ਕਰ ਰਹੀ ਮੈਂ ਕੋਸ਼ਿਸ਼ ਕੀਤੀ ਸੀ ਹਾਂ ਉਹਨੇ ਵੀ ਨਾ ਕਰਦੀ ਤੇ ਤੈਨੂੰ ਹਜਾ ਨਹੀਂ ਆ ਰਿਹਾ ਫੇ ਮੈਂ ਕਿਹਾ ਮੇਰੀ ਨਿਸ਼ਾਨੀ ਆ ਨਾ ਤੇ ਤੇਰੀ ਨਿਸ਼ਾਨੀ ਆ ਤੇ ਫਰੇਮ ਕਰਾ ਲੈ ਇਹਨੂੰ ਮਤਲਬ ਤੁਸੀਂ ਨਹੀਂ ਸਹੀ ਕਰਕੇ ਦੇਣੀ ਨਹੀਂ ਕੀ ਮਸਲਨ ਭਾਣ ਫੌਤ ਹੋਣ ਲੱਗੇ ਤੈਨੂੰ ਆ ਜੁੱਤੀ ਦੇਖ ਗਏ ਸੀ ਐਡੇ ਹੀ ਇਹਨਾਂ ਨੂੰ ਤੂੰ ਸਾਂਭ ਕੇ ਰੱਖਣਾ ਜਿੰਦਾ ਵਾ ਚੈੱਕ ਤੇ ਕਰੋ ਸਹੀ ਹੋ ਸਕਦੀ ਹੈ ਜਾਂ ਨਹੀਂ ਨਹੀਂ ਚੈੱਕ ਨੂੰ ਹੁਣ ਐਕਸ-ਰੇ ਕਰ ਲਾਂ ਇਹਨਾਂ ਦੇ ਦੂਰੋਂ ਹੀ ਦਿਖੀ ਜਾਂਦੇ ਹੀ ਆ ਮੈਨੂੰ ਤੂੰ ਕਰ ਜੋ ਕਰਨਾ ਚੈੱਕ ਤੇ ਕਰ ਹੋ ਜਾਏਗੀ ਸਹੀ ਨਹੀਂ ਮੇਰੀ ਭੈਣ ਕਿਦਾਂ ਇਹਨਾਂ ਦਾ ਚੈੱਕ ਕਰਾਂ ਇਹਨਾਂ ਨੂੰ ਸਿਵਲ 'ਚ ਲੈ ਜਾਣਾ ਉਹਨਾਂ ਦੀਆਂ ਰਿਪੋਰਟਾਂ ਬਣਾ ਲਿਆ ਮੈਂ ਆਪ ਹੀ ਚੈੱਕ ਕਰ ਲੂੰ ਇੱਥੇ ਰੱਖ ਕੇ ਇਹਨੂੰ ਦੇਖ ਸੋਲੂਸ਼ਨ ਲਾਏਗਾ ਨਾ ਤੇ ਇਸ ਬਹੁਤ ਸੋਹਣੀ ਹੋ ਜਾਣੀ ਹੈ ਦੇਖ ਜੇ ਨਹੀਂ ਤੈਨੂੰ ਪਤਾ ਵਾ ਤੇ ਪਿਛਲੇ ਜਨਮ 'ਚ ਮੋਚੀ ਤਾਂ ਨਹੀਂ ਸੀ ਨਹੀਂ ਸੋਹਣੀ ਕੁੜੀ ਸੀ ਮੈਂ ਸੋਹਣੀ ਤੇ ਹੁਣ ਵੀ ਨਹੀਂ ਹੈ ਉਦੋਂ ਕਿੰਨੀ ਕਿ ਹੋਣੀ ਸਾੜਦੇ ਹੁੰਦੇ ਮਰਦ ਵੀ ਔਰਤਾਂ ਤੋਂ ਚੱਲ ਤੂੰ ਦੱਸ ਨਹੀਂ ਤੇ ਤੋਂ ਕਿਉਂ ਸੜਨਾ ਇਹਨਾਂ ਜੁੱਤੀਆਂ ਨਾਲ ਸੜਨਾ ਦੇਖੋ ਸਾਡੇ ਜਿਹੜੀ ਮਹੱਲੇ 'ਚ ਆਉਂਦੀ ਨਾ ਛੱਲੀਆਂ ਵੇਚਣ ਵਾਲੇ ਦੇ ਨਾਲ ਅੱਲ੍ਹਾ ਦੀ ਕਸਮ ਉਹਨੇ ਇਸ ਤੋਂ ਆ ਚਾਰੇ ਜੁੱਤੀਆਂ ਮਿਲਾ ਕੇ ਨਾ ਉਹਦਾ ਇੱਕ ਪੈਰ ਜੁੱਤੀ ਦਾ ਮਹਿੰਗਾ ਹੀ ਲੱਗਦਾ ਤੈਨੂੰ ਬਹੁਤ ਪੈਂਦੀਆਂ ਤੇ ਆਂ ਜੁੱਤੀ ਵੱਲ ਹੀ ਰਹਿੰਦਾ ਵਾ ਮੋਚੀ ਆ ਜੁੱਤੀ ਵੱਲ ਹੀ ਰਹਿਣਾ ਵਾ ਹੋਰ ਗੱਡੀਆਂ ਸਹੀ ਕਰਦਾ ਮੈਂ ਇੱਥੇ ਅੱਛਾ ਚੱਲ ਤੂੰ ਇਹ ਦੱਸ ਕਿ ਇਹਨੂੰ ਸਲਾਈ ਹੋਏਗੀ ਇਹ ਸਲੋਸ਼ਨ ਨਾਲ ਸਹੀ ਹੋਏਗਾ ਆਹ ਤੇ ਹੋਜੂਗੀ ਸਲੋਸ਼ਨ ਨਾ ਆਹ ਸਲੋਸ਼ਨ ਨਾ ਹੋਜੂਗੀ ਇਹਦਾ ਬੁੱਲ ਮੈਂ ਸੀ ਦੂੰਗਾ ਡਿੰਪਲ ਡਿੰਪਲ ਮਾਸ਼ਾਅੱਲਾ ਮੈਚ ਵੀ ਕਰਦੀ ਤੁਹਾਡੇ ਕਲਰ ਨਾਲ ਮੂੰਹ ਦੇਣਾ ਮੂੰਹ ਦੇਣਾ ਦੱਸ ਇਹ ਚ ਨਾਲਾ ਪਾਉਂਦੇ ਤੁਸੀਂ ਵੇ ਚੈੱਕ ਕਰ ਕਹਿੰਦੇ ਸਹੀ ਹੋਣੀ ਆ ਇਹਨਾਂ ਨੂੰ ਲੰਬੀ ਜ਼ਬਾਨ ਲੱਗੀ ਤੈਨੂੰ ਅੱਛਾ ਵੀਰੇ ਤੂੰ ਕਰਦਾ ਕੀ ਆ ਮਤਲਬ ਜੁੱਤੀਆਂ ਤੋਂ ਇਲਾਵਾ ਹੋਰ ਵੀ ਕੰਮ ਨਹੀਂ ਆਹੀ ਕੰਮ ਆ ਆਪਣਾ ਇਹ ਚੀਜ਼ ਚੰਗੀ ਭਲੀ ਰੋਜ਼ੀ ਆਈ ਜਾਂਦੀ ਮੇਰੀ ਭੈਣ ਤੇਰੇ ਭੈਣ ਭਰਾ ਕਿੰਨੇ ਤੇਰੇ ਵਰਗੇ ਗਾਹਕ ਨਾ ਨਾ ਹੋਣ ਤੇ ਚੰਗੀ ਭਲੀ ਰੋਜ਼ੀ ਆ ਸ਼ੁਕਰ ਆ ਅੱਲਾ ਅੱਜ ਤੋਂ ਬਾਅਦ ਸ਼ਾਇਦ ਮੈਂ ਛੱਡ ਦਵਾਂ ਇਹ ਕੰਮ ਤੇਰੇ ਭੈਣ ਭਰਾ ਕਿੰਨੇ ਆ ਅਸੀਂ 4-5 ਭੈਣ ਭਰਾ ਤੇਰੇ ਅੱਬੂ ਕੀ ਕਰਦੇ ਇਹੀ ਕੁਝ ਕਰਦੇ ਮੋਚੀ ਆ ਅੱਬੂ ਮੇਰਾ ਕਿਹੜਾ UET 'ਚ ਪ੍ਰੋਫੈਸਰ ਆ ਉਂਝੀ ਪੁੱਛਿਆ ਵਾ ਉਂਝੀ ਕੀ ਪੁੱਛਿਆ ਤੂੰ ਤੇ ਮਰਦਮਸ਼ੁਮਾਰੀ ਕਰਨ ਲੱਗ ਪਈ ਆਈਡੀ ਕਾਰਡ ਬਣਿਆ ਤੇਰਾ ਕਿਉਂ ਸਿਮ ਕਢਾ ਕੇ ਦੇਣੀ ਉਂਝੀ ਪੁੱਛਿਆ ਵਾ ਮੈਂ ਤੂੰ ਤੇ ਇਦਾਂ ਜਿਦਾਂ ਇਮਰਾਨ ਖਾਨ ਲੋ 12,000 ਦੇਣਾ ਹੀ ਆਈਡੀ ਕਾਰਡ ਬਣਿਆ ਮੈਂ ਤੇ ਉਂਝੀ ਪੁੱਛ ਰਹੀ ਆ ਤੂੰ ਉਂਝੀ ਨਾ ਨਾ ਪੁੱਛ ਅੱਛਾ ਤੂੰ ਤੇ ਕੀ ਟਾਈਮਿੰਗ ਆ ਤੂੰ ਆਂਦਾ ਕਿੰਨੇ ਵਜੇ ਜਾਂਦਾ ਕਿੰਨੇ ਵਜੇ ਆ ਮੇਰੀ ਦਫ਼ਤਰ ਵਾਲੀ ਟਾਈਮਿੰਗ ਮੇਰੀ ਭੈਣ ਜਦੋਂ ਅੱਖ ਖੁੱਲ ਗਈ ਇੱਥੇ ਆ ਕੇ ਰੋਜ਼ੀ ਖਾਨੇ ਤੇ ਜਦੋਂ ਗਾਹਕ ਨਹੀਂ ਆਏ ਉਦੋਂ ਚਲੇ ਗਏ ਜਿੱਦਣ ਤੇਰੇ ਵਰਗਾ ਗਾਹਕ ਆਈ ਵੇ ਉਦੋਂ ਛੇਤੀ ਵੀ ਚੱਲ ਜਾਈਦਾ ਮੈਂ ਤੂੰ ਇੰਨਾ ਤੱਪਿਆ ਕਿਉਂ ਰਹਿੰਦਾ ਵਾ ਗਰਮੀ 'ਚ ਬਈਦਾ ਤੇ ਤੱਪੇ ਹੀ ਰਹਿਣਾ ਹਾਂ ਆ ਵੀ ਆ ਗਰਮੀ ਬਹੁਤ ਚੱਲ ਦੱਸ ਇਹਦਾ ਕੀ ਹਾਲ ਆ ਇਹਦਾ ਇੱਕੋ ਹੀ ਹਾਲ ਆ 1, 2, 3, 4 ਲਾ ਦਾ ਸਹੀ ਹੋ ਅੱਜ ਹੀ ਕਰ ਦੇਣੀਆਂ ਨਾ ਐ ਸ਼ਾਪਰ ਚ ਲਿਆਏ ਸੀ ਹਾਂ ਹਾਂ ਆ ਸ਼ਾਪਰ ਸੰਭਾਲ ਕੇ ਰੱਖ ਇਹਦੇ ਚ ਲਿਆਏ ਸੀ ਨਾ ਹਾਂ ਜਦੋਂ ਸਹੀ ਹੋ ਜਾਣਗੀਆਂ ਨਾ ਤੇ ਮੈਨੂੰ ਤੇ ਆ ਉਹੀ ਮੈਂ ਕਹਿੰਦੇ ਆ ਜੇ ਇੱਚ ਹੀ ਲਿਆਏ ਸੀ ਤੇ ਇੱਚ ਹੀ ਲੈ ਆਇਓ ਇਹ ਨਹੀਂ ਸਹੀ ਹੋਣੀ ਪੱਕੀ ਗੱਲ ਆ ਹਾਂ ਚੱਲ 10 ਰੁਪਏ ਵੱਧ ਲੈ ਲਈ ਤੂੰ ਮੇਰੇ ਕੋ 100 ਵੱਧ ਲੈ ਲੈ ਚੱਲ ਜਾ ਐਂਡ ਵਾਲੀ ਗੱਲ ਆ ਔਰ ਰਕਸ਼ਾ ਨੰਗ ਜਾਣਾ ਜਲਦੀ ਜਾ ਚੱਲ 15 ਰੁਪਏ ਵੱਧ ਲੈ ਲੈ ਚੱਲ ਮੇਰੀ ਭੈਣ ਫੇ ਪੈਦਲ ਜਾਂਦੀ ਚੰਗੀ ਲੱਗੇਗੀ ਉਤੋਂ ਆ ਵੀ ਨਾ ਟੁੱਟ ਜੀ ਫੇ ਨੰਗੇ ਪੈਰੀ ਘਰ ਜਾਏ ਦੇਖ ਮੇਰਾ ਦਿਲ ਟੁੱਟ ਜਾਏਗਾ ਬੋੜੀ ਬੜੇ ਪਿਆਰ ਨਾਲ ਰੱਖਿਆ ਸੀ ਤੇਰਾ ਦਿਲ ਟੁੱਟੇ ਤੇਰੀ ਇੱਕ ਜੁੱਤੀ ਹੋਰ ਟੁੱਟੇ ਮੇਰੀ ਭੈਣ ਚੱਲ ਜਾਏ ਤੂੰ ਸੁਖਣਾ ਸੁਖੀ ਆ ਮੈਂ ਕੋਈ ਸਹੀ ਕਰਾਉਣੀ ਹੋਰ ਮੋਚੀ ਬੜੇ ਆ ਲੈ ਜਾ ਸਾਡੀ ਦੂਜੀ ਬ੍ਰਾਂਚ ਤੇ ਚੱਲ ਜਾ ਉਹ ਕਿੱਥੇ ਆ ਜੇ ਏਡਾ ਖਿਆਲ ਰੱਖਣਾ ਨਾ ਤੂੰ ਜੁੱਤੀਆਂ ਦਾ ਇਹਨਾਂ ਨੂੰ ਲਾਈਟ ਬੈਂਕ 'ਚ ਜਮ੍ਹਾਂ ਕਰਾ ਦੇ ਹੈਂ ਲੈ ਜਾ ਮੇਰੀ ਭੈਣ ਜੇ ਮੈਂ 20 ਰੁਪਏ ਵੱਧ ਦਵਾਂ ਫੇਰ ਵੀ ਨਹੀਂ ਤੇ ਜੇ ਮੈਂ ਆਪਣੇ ਕੋਈ ਸ਼ਾਇ ਮਾਰ ਲਾਂ ਫੇਰ ਚੱਲ ਜਾਏਗੀ ਆ ਦੇਖ ਲਾ ਆ ਮੈਂ ਆਪਣੇ ਮਾਰ ਲੈਣਾ